ਹੈਪੀ ਸਮਾਚਾਰ 'ਚ ਦੋਸਤੋ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ ਪਹਿਲਾਂ ਕੀ ਦੇਖਦੇ ਸੀ, ਜਦੋਂ ਕਿਸੇ ਕਲਾਕਾਰ ਦਾ ਪ੍ਰੋਗਰਾਮ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਸੀ, ਲੋਕ ਉਹਦੇ ਵੱਲ ਟਮਾਟਰ ਆਂਡੇ ਸੁੱਟਣਾ ਸ਼ੁਰੂ ਕਰ ਦਿੰਦੇ ਸੀ। ਯਾਨੀ ਕਿ ਦੋਸਤੋ ਪੇਮੈਂਟ ਦੇ ਨਾਲ ਨਾਲ ਫਲ ਫਰੂਟ ਸਬਜ਼ੀਆਂ ਵੀ ਕਲਾਕਾਰ ਕੋਲ ਇਨਾਮ ਵਜੋਂ ਇਕੱਠੇ ਹੋ ਜਾਂਦੇ ਸੀ। ਪਰ ਦੋਸਤੋ ਅੱਜ ਕੱਲ੍ਹ ਇਹ ਘੱਟ ਹੀ ਦੇਖਣ ਨੂੰ ਮਿਲਦਾ, ਕਿਉਂਕਿ ਮਹਿੰਗਾਈ ਇੰਨੀ ਵਧ ਗਈ ਹੈ ਦੋਸਤੋ, ਲੋਕ ਹੈ ਜਿਹੜੇ ਉਹ ਆਪਣੇ ਜਜ਼ਬਾਤਾਂ 'ਤੇ ਕਾਬੂ ਕਰ ਲੈਂਦੇ। ਦੋਸਤੋ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ, ਸੋ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਬਿਆਨਬਾਜ਼ੀਆਂ ਚੱਲਦੀਆਂ ਤਾਂ ਤੁਸੀਂ ਦੇਖੀਆਂ ਹੋਣੀਆਂ, ਪਰ ਕੀ ਤੁਸੀਂ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਕੁਰਸੀਆਂ ਚੱਲਦੀਆਂ ਦੇਖੀਆਂ? ਨਹੀਂ ਦੇਖੀਆਂ ਤਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਲੀਡਰਾਂ ਦੀ, ਵਰਕਰਾਂ ਦੀ ਇਸ ਗੱਲ ਨੂੰ ਲੈ ਕੇ ਬਹਿਸ ਹੋਗੀ ਕਿ ਮਾਈਕ ਦੇ ਵਿੱਚ ਪਹਿਲਾਂ ਮੈਂ ਭਾਸ਼ਣ ਦੇਣਾ, ਪਹਿਲਾਂ ਮੈਂ ਭਾਸ਼ਣ ਦੇਣਾ। ਦੋਸਤੋ ਬਹਿਸ ਹੈ ਇੰਨੀ ਜ਼ਿਆਦਾ ਵੱਧ ਗਈ ਕਿ ਵਰਕਰ ਹੈ ਇੱਕ ਦੂਜੇ ਉੱਤੇ ਕੁਰਸੀਆਂ ਇਸ ਤਰ੍ਹਾਂ ਸੁੱਟ ਰਹੇ ਸੀ ਜਿਵੇਂ ਗਰਾਊਂਡ ਦੇ ਵਿੱਚ ਬਾਲ ਨਹੀਂ ਕੁਰਸੀਆਂ ਦੇ ਨਾਲ ਵਾਲੀਬਾਲ ਖੇਡ ਰਹੇ ਹੋਣ। ਦੋਸਤੋ ਕਿਹਾ ਜਾਂਦਾ ਹੈ ਕਿ ਕੁਝ ਵੀ ਹੋ ਜੇ ਲੀਡਰ ਆਪਣੀ ਕੁਰਸੀ ਨਹੀਂ ਛੱਡਦੇ, ਪਰ ਦੋਸਤੋ ਜਿਹੋ ਜਿਹਾ ਇੱਥੇ ਮਾਹੌਲ ਦੇਖਣ ਨੂੰ ਮਿਲਿਆ, ਲੀਡਰ ਹੈ ਜਿਹੜੇ ਉਹ ਘੁਮਾ ਘੁਮਾ ਕੇ ਇੱਕ ਦੂਜੇ ਵੱਲ ਕੁਰਸੀ ਸੁੱਟ ਰਹੇ ਸੀ। ਹਾਲੇ ਤਾਂ ਦੋਸਤੋ ਇਲੈਕਸ਼ਨ ਆਏ ਨਹੀਂ, ਕੁਰਸੀਆਂ ਮੇਜ਼ ਇੱਕ ਦੂਜੇ ਉੱਤੇ ਚੱਲ ਰਹੇ ਨੇ, ਜਦੋਂ ਇਲੈਕਸ਼ਨ ਆ ਗਏ ਉਦੋਂ ਇੱਕ ਦੂਜੇ ਉੱਤੇ ਕੀ ਚੱਲੂਗਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਦੋਸਤੋ। ਯਾਨੀ ਕਿ ਦੋਸਤੋ ਇਸ ਗੱਲ ਨੂੰ ਲੈ ਕੇ ਬਹਿਸ ਚੱਲੀ ਸੀ ਕਿ ਪਹਿਲਾਂ ਮੈਂ ਬੋਲੂੰਗਾ, ਪਹਿਲਾਂ ਮੈਂ ਬੋਲੂੰਗਾ। ਸੋ ਮੈਂ ਪਹਿਲਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਇਹ ਤਾਂ ਦੇਖ ਲੈਂਦੇ ਕਿ ਤੁਹਾਨੂੰ ਕੋਈ ਸੁਣਨਾ ਚਾਹੁੰਦਾ ਕਿ ਨਹੀਂ। ਇਹ ਸਭ ਦੇਖਣ ਤੋਂ ਬਾਅਦ ਦੋਸਤੋ ਲੋਕ ਹੈ ਉਹ ਲੀਡਰਾਂ ਨੂੰ ਵੋਟ ਦੇਣਗੇ ਕਿ ਨਹੀਂ ਇਹ ਤਾਂ ਪਤਾ ਨਹੀਂ, ਪਰ ਇਹ ਸਭ ਕੁਝ ਦੇਖਣ ਤੋਂ ਬਾਅਦ ਟੈਂਟ ਵਾਲੇ MLA ਦਾ ਅੱਜ ਤੋਂ ਬਾਅਦ ਲੀਡਰਾਂ ਨੂੰ ਕੁਰਸੀਆਂ ਮੇਜ਼ ਜ਼ਰੂਰ ਨਹੀਂ ਦੇਣੀ। ਹੈਪੀ ਸਮਾਚਾਰ 'ਚ ਦੋਸਤੋ ਤੁਹਾਡੇ ਸਾਰਿਆਂ ਦਾ ਵੈਲਕਮ ਹੈ। ਦੋਸਤੋ ਪਹਿਲਾਂ ਕੀ ਦੇਖਦੇ ਸੀ, ਜਦੋਂ ਕਿਸੇ ਕਲਾਕਾਰ ਦਾ ਪ੍ਰੋਗਰਾਮ ਲੋਕਾਂ ਨੂੰ ਪਸੰਦ ਨਹੀਂ ਆਉਂਦਾ ਸੀ, ਲੋਕ ਉਹਦੇ ਵੱਲ ਟਮਾਟਰ ਆਂਡੇ ਸੁੱਟਣਾ ਸ਼ੁਰੂ ਕਰ ਦਿੰਦੇ ਸੀ। ਯਾਨੀ ਕਿ ਦੋਸਤੋ ਪੇਮੈਂਟ ਦੇ ਨਾਲ ਨਾਲ ਫਲ ਫਰੂਟ ਸਬਜ਼ੀਆਂ ਵੀ ਕਲਾਕਾਰ ਕੋਲ ਇਨਾਮ ਵਜੋਂ ਇਕੱਠੇ ਹੋ ਜਾਂਦੇ ਸੀ। ਪਰ ਦੋਸਤੋ ਅੱਜ ਕੱਲ੍ਹ ਇਹ ਘੱਟ ਹੀ ਦੇਖਣ ਨੂੰ ਮਿਲਦਾ, ਕਿਉਂਕਿ ਮਹਿੰਗਾਈ ਇੰਨੀ ਵੱਧ ਗਈ ਹੈ ਦੋਸਤੋ, ਲੋਕ ਹੈ ਜਿਹੜੇ ਉਹ ਆਪਣੇ ਜਜ਼ਬਾਤਾਂ 'ਤੇ ਕਾਬੂ ਕਰ ਲੈਂਦੇ। ਦੋਸਤੋ ਇਲੈਕਸ਼ਨ ਦੇ ਦਿਨ ਚੱਲ ਰਹੇ ਨੇ, ਸੋ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਬਿਆਨਬਾਜ਼ੀਆਂ ਚੱਲਦੀਆਂ ਤਾਂ ਤੁਸੀਂ ਦੇਖੀਆਂ ਹੋਣੀਆਂ, ਪਰ ਕੀ ਤੁਸੀਂ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਕੁਰਸੀਆਂ ਚੱਲਦੀਆਂ ਦੇਖੀਆਂ? ਨਹੀਂ ਦੇਖੀਆਂ ਤਾਂ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ। ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਲੀਡਰਾਂ ਦੀ, ਵਰਕਰਾਂ ਦੀ ਇਸ ਗੱਲ ਨੂੰ ਲੈ ਕੇ ਬਹਿਸ ਹੋਗੀ ਕਿ ਮਾਈਕ ਦੇ ਵਿੱਚ ਪਹਿਲਾਂ ਮੈਂ ਭਾਸ਼ਣ ਦੇਣਾ, ਪਹਿਲਾਂ ਮੈਂ ਭਾਸ਼ਣ ਦੇਣਾ। ਦੋਸਤੋ ਬਹਿਸ ਹੈ ਇੰਨੀ ਜ਼ਿਆਦਾ ਵੱਧ ਗਈ ਕਿ ਵਰਕਰ ਹੈ ਇੱਕ ਦੂਜੇ ਉੱਤੇ ਕੁਰਸੀਆਂ ਇਸ ਤਰ੍ਹਾਂ ਸੁੱਟ ਰਹੇ ਸੀ ਜਿਵੇਂ ਗਰਾਊਂਡ ਦੇ ਵਿੱਚ ਬਾਲ ਨਹੀਂ ਕੁਰਸੀਆਂ ਦੇ ਨਾਲ ਵਾਲੀਬਾਲ ਖੇਡ ਰਹੇ ਹੋਣ। ਦੋਸਤੋ ਕਿਹਾ ਜਾਂਦਾ ਹੈ ਕਿ ਕੁਝ ਵੀ ਹੋ ਜੇ ਲੀਡਰ ਆਪਣੀ ਕੁਰਸੀ ਨਹੀਂ ਛੱਡਦੇ, ਪਰ ਦੋਸਤੋ ਜਿਹੋ ਜਿਹਾ ਇੱਥੇ ਮਾਹੌਲ ਦੇਖਣ ਨੂੰ ਮਿਲਿਆ, ਲੀਡਰ ਹੈ ਜਿਹੜੇ ਉਹ ਘੁਮਾ ਘੁਮਾ ਕੇ ਇੱਕ ਦੂਜੇ ਵੱਲ ਕੁਰਸੀ ਸੁੱਟ ਰਹੇ ਸੀ। ਹਾਲੇ ਤਾਂ ਦੋਸਤੋ ਇਲੈਕਸ਼ਨ ਆਏ ਨਹੀਂ, ਕੁਰਸੀਆਂ ਮੇਜ਼ ਇੱਕ ਦੂਜੇ ਉੱਤੇ ਚੱਲ ਰਹੇ ਨੇ, ਜਦੋਂ ਇਲੈਕਸ਼ਨ ਆ ਗਏ ਉਦੋਂ ਇੱਕ ਦੂਜੇ ਉੱਤੇ ਕੀ ਚੱਲੂਗਾ ਉਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਦੋਸਤੋ। ਯਾਨੀ ਕਿ ਦੋਸਤੋ ਇਸ ਗੱਲ ਨੂੰ ਲੈ ਕੇ ਬਹਿਸ ਚੱਲੀ ਸੀ ਕਿ ਪਹਿਲਾਂ ਮੈਂ ਬੋਲੂੰਗਾ, ਪਹਿਲਾਂ ਮੈਂ ਬੋਲੂੰਗਾ। ਸੋ ਮੈਂ ਪਹਿਲਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪਹਿਲਾਂ ਇਹ ਤਾਂ ਦੇਖ ਲੈਂਦੇ ਕਿ ਤੁਹਾਨੂੰ ਕੋਈ ਸੁਣਨਾ ਚਾਹੁੰਦਾ ਕਿ ਨਹੀਂ। ਇਹ ਸਭ ਦੇਖਣ ਤੋਂ ਬਾਅਦ ਦੋਸਤੋ ਲੋਕ ਹੈ ਉਹ ਲੀਡਰਾਂ ਨੂੰ ਵੋਟ ਦੇਣਗੇ ਕਿ ਨਹੀਂ ਇਹ ਤਾਂ ਪਤਾ ਨਹੀਂ, ਪਰ ਇਹ ਸਭ ਕੁਝ ਦੇਖਣ ਤੋਂ ਬਾਅਦ ਟੈਂਟ ਵਾਲੇ MLA ਦਾ ਅੱਜ ਤੋਂ ਬਾਅਦ ਲੀਡਰਾਂ ਨੂੰ ਕੁਰਸੀਆਂ ਮੇਜ਼ ਜ਼ਰੂਰ ਨਹੀਂ ਦੇਣੀ।